بسم اللہ الرحمن الرحیم اچھا ਵੀ ਹੁਣ ਇਸ ਟਾਈਮ ਦਾ ਜਿਹੜਾ ਮਜਾਕਾ ਹੈ ਨਾ ਉਹ ਹੈਗਾ ਵਾ ਨਮਾਜ਼ ਦਾ ਟਾਂਚਾ ਟਾਂਚਾ ਮਤਲਬ ਕਿ ਸਟਰਕਚਰ ਜਿੱਦਾਂ ਨਾ ਕੋਈ ਫਰਜ਼ ਕਰੋ ਇਮਾਰਤ ਆ ਉਹਨੂੰ ਨਾ ਪਹਿਲੇ ਖੜਾ ਕਰਦੇ ਆ ਫਿਰ ਉਸ ਤੋਂ ਬਾਅਦ ਫੇਚਣਾ ਉਹਦਾ ਪਲਸਟਰ ਹੁੰਦਾ ਫਿਰ ਉਹਦੇ ਉਹ ਕੀ ਸੀਲਿੰਗ ਹੁੰਦੀ ਆ ਜਾਂ ਵਾਲ ਚੈਕਿੰਗ ਹੁੰਦੀ ਉਹ ਉਹਨੂੰ ਕੀ ਕਹਿੰਦੇ ਆ ਸ਼ੀਟ ਸ਼ੀਟ ਲਾਉਂਦੇ ਆ ਉਹਦੇ ਤੇ ਦੀਵਾਰਾਂ ਤੇ ਇਹ ਟਾਈਲਾਂ ਲਾਉਂਦੇ ਆ ਪੱਥਰ ਲਾਉਂਦੇ ਆ ਇਸੇ ਤਰ੍ਹਾਂ ਹੁਣ ਨਮਾਜ਼ ਜਿਹੜਾ ਨਾ ਇਹਦਾ ਜ਼ਾਹਰੀ ਸਟਰਕਚਰ ਜਿਹੜਾ ਨਾ ਉਹਨੂੰ ਅਸੀਂ ਕਿਸ ਤਰ੍ਹਾਂ ਬਿਹਤਰ ਬਣਾਉਣਾ ਅੱਛਾ ਵੀ ਹੁਣ ਕਿਦਰ ਸਭ ਤੋਂ ਪਹਿਲੇ ਕੀ ਕਰਨਾ ਜਦੋਂ ਨਮਾਜ਼ ਦੀ ਨੀਅਤ ਬਣਨੀ ਆ ਉਦੋਂ ਆਪਣੇ ਹੱਥ ਉਠਾ ਲੈਣੇ ਆ ਔਰ ਇਹ ਕੰਨਾਂ ਦੀ ਲੋ ਤੱਕ ਜਾਣੇ ਚਾਹੀਦੇ ਕੰਨਾਂ ਦੀ ਲੋ ਤੱਕ ਇਹ ਇੱਥੇ ਤੱਕ ਜਾਣ ਕਿ ਆਂ ਗੁੱਠੇ ਜਿਹੜੇ ਆ ਨਾ ਕੰਨਾਂ ਦੀ ਲੋ ਤੱਕ ਹੋਣ ਤੇ ਆਹ ਤੇਲੀਆਂ ਜਿਹੜੀਆਂ ਵਾ ਬਿਲਕੁਲ ਕਿਬਲੇ ਦੀ ਤਰਫ ਔਰ ਗਰਦਨ ਨੂੰ ਝੁਕਾਉਣਾ ਨਹੀਂ ਹੈਗਾ ਐਂ ਕਰਕੇ ਕਈ ਜਿਹੜੇ ਨਾ ਉਹ ਐਂ ਕਰਕੇ ਐਂ ਕਰ ਲੈਂਦੇ ਇਦਾਂ ਇਦਾਂ ਨਹੀਂ ਯਾਨੀ ਇਦੋਂ ਹੱਥ ਠੋਣੇ ਆ ਗਰਦਨ ਤੁਹਾਡੀ ਉੱਥੇ ਹੀ ਰਵੇ ਹੱਥ ਤੁਹਾਡੇ ਜਾਣ ਕੰਨਾ ਤੱਕ ਇਥੋਂ ਅੱਲਾਹੂ ਅਕਬਰ ਸਹੀ ਹੈ ਨਾ ਐਦਾਂ ਵੀ ਨਹੀਂ ਕਰਦਾ ਹੈਗਾ ਕਈ ਜਿਹੜੇ ਐਦਾਂ ਕਰਦੇ ਅੱਲਾਹੂ ਅਕਬਰ ਕਈ ਜਿਹੜੇ ਇਥੋਂ ਹੀ ਐਂ ਕਰ ਲੈਂਦੇ ਆ ਹੈ ਜਾਂ ਐਂ ਕਰਕੇ ਵੀ ਕਰਦੇ ਐਂ ਕਰਕੇ ਵੀ ਕਰ ਲੈਂਦੇ ਸਰਦੀ ਹੈ ਨਾ ਉਹ ਐਂ ਹੀ ਕਰਕੇ ਕਈ ਚਾਦਰ ਚੋਂ ਨਹੀਂ ਹੱਥ ਕਢਦੇ ਮਤਲਬ ਕਿ ਪੂਰਾ ਆਪਣੇ ਹੱਥ ਬਾਹਰ ਕੱਢਣੇ ਆ ਔਰ ਕਿਬਲੇ ਦੀ ਤਰਫ ਹਥੇਲੀਆਂ ਜਿਹੜੀਆਂ ਨਾ ਬਿਲਕੁਲ ਕਿਬਲੇ ਦੀ ਤਰਫ ਅੱਗੋਂ ਕਹਿੰਦੇ ਥੋੜ੍ਹੀ ਐ ਇਹ ਭਮ ਚੁਕੀਆਂ ਹੁਣ ਏਦਾਂ ਕਰਕੇ ਨਾ ਏਦਾਂ ਐਵੇਂ ਨਹੀਂ ਕਰਨਾ ਹੈਗਾ ਕਈ ਏਦਾਂ ਵੀ ਕਰਦੇ ਆ ਐ ਕਰਕੇ ਆ ਵੀ ਤਰੀਕਾ ਠੀਕ ਨਹੀਂ ਹੈ ਕੰਨਾਂ ਨੂੰ ਹੱਥ ਲੱਗ ਗਿਆ ਲੇਕਿਨ ਹਥੇਲੀਆਂ ਤੁਹਾਡੀਆਂ ਤਾਂ ਨਹੀਂ ਚਲੀਆਂ ਸਮਾਨ ਨਾਲ ਨੂੰ ਯਾਨੀ ਏਦਾਂ ਕਰਨਾ ਵਾ ਤਾਂ ਕਿ ਹਥੇਲੀਆਂ ਜਿਹੜੀਆਂ ਕਿਬਲੇ ਦੀ ਤਰਫ ਹੋਣ ਇਸਰ ਹੈਂ ਏਦਾਂ ਕਰਨਾ ਅੱਲਾਹ ਅਕਬਰ ਯੁਹੀ ਹੱਥ نیچے ਆਉਣੇ ਆ ਨਾ ਆੜੀ ਨਜ਼ਰ ਜਿਹੜੀ ਆ ਸਜਦੇ ਵਾਲੀ ਜਗ੍ਹਾ ਤੇ ਹੈ ਫਿਰ ਆ ਦੇਖੋ ਇਹਦਾ ਹੁਣ ਬਣਾਉਣੀ ਆ ਰਿੰਗ ਆਹ ਹਾ ਮਤਲਬ ਕਿ ਗੋਟ ਨੂੰ ਰਿੰਗ ਦੀ ਸ਼ਕਲ ਦੇ ਜਿੱਦਾਂ ਫੜ ਲੈਣਾ ਆਹ ਆੜੀਆਂ ਤਿੰਨ ਉਂਗਲੀਆਂ ਨਾ ਇਹ ਕਲਾਈ ਦੇ ਉੱਪਰ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਯਾਨੀ ਜਿੱਥੇ ਜਿੱਥੇ ਇਸ਼ਾਰਾ ਕਰ ਰਿਹਾ ਨਾ ਉੱਥੇ ਉੱਥੇ ਤਰ੍ਹਾਂ ਐਂਗਲ ਜਾਣਾ ਚਾਹੀਦਾ ਆ ਫੇਰ ਉਸ ਤੋਂ ਬਾਅਦ ਆਇੜਾ ਹੱਥ ਵਾ ਨਾ ਇਹ ਐ ਬਾਹਰ ਨਿਕਲਣਾ ਹੈ ਕਈਆਂ ਦਾ ਹੱਥ ਐ ਬਾਹਰ ਹੀ ਨਿਕਲੇ ਹੁੰਦੇ ਆ ਐ ਨੂੰ ਹੁੰਦਾ ਇੱਧਰ ਨੂੰ ਹੁੰਦਾ ਇਹ ਤਰੀਕਾ ਠੀਕ ਨਹੀਂ ਆਹ ਕਲਾਈ ਬਣ ਗਈ ਆਹ ਤੈਨੂੰ ਕੁਲੀ ਇੱਥੇ ਹੋ ਗਈਆਂ ਆਹ ਜਿਹੜਾ ਨਾ ਬਿਲਕੁਲ ਤੁਹਾਡੇ ਬਾਜ਼ੂ ਦੇ نیچے ਹੱਥ ਹੋਣਾ ਚਾਹੀਦਾ ਔਰ ਇਹਨੂੰ ਤੁਸੀਂ ਬੰਨਣਾ ਵਾ ਸੁਨਨਤ ਜਿਹੜੀ ਸਰਵੰਧ ਸੁਨਨਤ ਆ ਨਾ ਵੈਸੇ ਹੱਥ ਇੱਥੇ ਵੀ ਬਨ ਕੇ ਨਮਾਜ਼ ਪੜਦੇ ਇੱਥੇ ਵੀ ਪੜਦੇ ਆ ਫਾੜ ਛੱਡ ਕੇ ਵੀ ਪੜਦੇ ਆ ਲੇਕਿਨ ਸੁਨਨਤ ਕੀ ਆ ਕਿ ਤੁਸੀਂ ਮਤਲਬ ਹੱਥ ਜਿਹੜਾ ਵਾ ਉਹ ਨਾਫ ਦੇ ਉੱਪਰ ਬਨੋ ਠੀਕ ਹੋ ਗਿਆ ਬਾਕੀ ਖੜਾ ਹੋਣ ਦਾ ਤਰੀਕਾ ਕੀ ਆ ਕਿ ਆਪਣਾ ਜਿਹੜੀ ਸ਼ਲਵਾਰ ਪਤਲੂਨ ਤਹਿਮਦ ਆ ਉਹ ਗਿਟਿਆਂ ਤੋਂ ਗਿਟਿਆਂ ਤੋਂ ਉੱਪਰ ਹੋਣੀ ਚਾਹੀਦੀ ਆ ਔਰ ਫਿਰ ਇੰਨੇ ਪੈਰ ਵੀ ਨਹੀਂ ਖੋਲਣੇ ਨਾ ਇੰਨੇ ਤੰਗ ਕਰਨੇ ਆ ਯਾਨੀ ਕਿ ਇੰਨੇ ਤੰਗ ਵੀ ਨਾ ਹੋਣ ਇੰਨੇ ਖੁੱਲੇ ਵੀ ਨਾ ਹੋਣ ਇਹ ਆ ਕਿ ਜਿੰਨੀ ਬੰਦੇ ਦੀ ਬਾਡੀ ਦੀ ਜਸਮਤ ਹੈ ਨਾ ਵੇਸਟ ਆ ਫਸਕਰ ਇੱਕ ਬੰਦੇ ਦੀ 30 ਆ ਹੈ ਉਹ 30 ਇੰਚ ਖੋਲ ਲਵੇ ਅਗਰ ਕਿਸੇ ਦੀ 32 ਆ ਉਹ 32 ਖੋਲ ਲਵੇ ਵੇਸਟ ਦਾ ਮਤਲਬ ਕਮਰ ਯਾਨੀ ਕਿ ਇੰਨੀ ਖੋਲੇ ਹੈ ਕਿ ਨਾ ਪੈਰ ਇਨੇ ਜ਼ਿਆਦਾ ਖੁੱਲੇ ਹੋਣ ਨਾ ਇਨੇ ਜ਼ਿਆਦਾ ਤੰਗ ਹੋਣ ਯਾਨੀ ਕਿ ਆਪਣੀ ਜਿਸਮਤ ਦੇ ਬਰਾਬਰ ਖੋਲ ਕੇ ਔਰ ਕਿਬਲੇ ਦੀ ਤਰਫ ਰੁਖ ਹੋਵੇ ਸਟਾਪ ਕਰ ਲਾ ਆ ਗਈ ਹੋ ਗਿਆ ਜੀ ਇਹਦੇ ਚ ਟੋਪੀ ਦਾ ਦੇ ਬਾਰੇ ਚ ਵੀ ਦੱਸਣਾ ਕਿ ਨਮਾਜ਼ ਦੇ ਵਾਸਤੇ ਜਦੋਂ ਪੜ੍ਹਨੀ ਆ ਨਾ ਉਦੋਂ ਸਿਰ ਢੱਕਿਆ ਹੋਣਾ ਚਾਹੀਦਾ ਇਹ ਵੀ ਸੁਨਨਤ ਆ ਅੱਲਾ ਦੇ ਨਬੀ ਦੀ ਟੋਪੀ ਪਗੜੀ ਆਪਣੀ ਸਾਰੀ ਜ਼ਿੰਦਗੀ ਨਾ ਨੰਗੇ ਸਿਰ ਨਮਾਜ਼ ਨਹੀਂ ਪੜਾਈ ਨਾ ਪੜੀ ਉੱਥੇ ਉਹ ਮਤਲਬ ਜਦੋਂ ਹਜੂਮਰੇ ਤੇ ਜਾਓ ਨਾ ਉੱਥੇ ਤਾਂ ਬਹਿ ਹਰਾਮ ਬਣਿਆ ਹੁੰਦਾ ਉਹ ਤਾਂ ਸਾਰਾ ਹੀ ਫਿਰ ਇੱਕ ਹਸਾਬ ਕਿਤਾਬ ਹੀ ਹੁੰਦਾ ਸਾਰ ਲੇਕਿਨ ਟੋਪੀ ਜਿਹੜੀ ਆ ਨਾ ਦੱਸਦੇ ਆ ਕਿ ਇਹ ਕਈ ਜਿਹੜੇ ਆ ਨਾ ਉਹ ਇਸ ਤਰ੍ਹਾਂ ਵਾਲ ਅੱਗੇ ਨੂੰ ਕਰਕੇ ਇਦਾਂ ਰੱਖ ਲੈਂਦੇ ਆ ਮੱਥੇ ਤੇ ਵਾਲ ਲਿਆਉਂਦੇ ਇਸ ਤਰ੍ਹਾਂ ਨਹੀਂ ਕਰਨੇ ਹੈਗੇ ਯਾਨੀ ਇਦਾਂ ਕਵਰ ਕਰੋ ਕਿ ਤਾਂਗੇ ਟੋਪੀ ਦੇ ਨਾਲ ਸਾਰੇ ਵਾਲ ਜਿਹੜੇ ਆ ਨਾ ਪਿੱਛੇ ਤੱਕ ਕਵਰ ਹੋ ਜਾਣ ਮੱਥਾ ਸਾਰਾ ਨੰਗਾ ਹੋਵੇ ਇਹ ਜਿਹੜੇ ਟੋਪੀ ਹੋ ਇਦਾਂ ਕਰ ਲੈਂਦੇ ਆ ਮੱਥਾ ਸਾਰੇ ਢੱਕ ਲੈਂਦੇ ਇਦਾਂ ਜਦੋਂ ਸਜਦਾ ਕਰਨਾ ਉਹ ਤਾਂ ਟੋਪੀ ਨੇ ਕਰਨਾ ਜਾਂ ਵਾਲਾ ਗਰ ਮੱਥੇ ਤੇ ਤੇ ਵਾਲਾ ਨਹੀਂ ਕਰਨਾ ਵਾਲ ਵੀ ਪਿੱਛੇ ਹੋਣ ਤੇ ਟੋਪੀ ਵੀ ਬਿਲਕੁਲ ਪਿੱਛੇ ਹੋਵੇ ਜਦੋਂ ਸਜਦਾ ਕਰਨਾ ਵਾ ਮੱਥਾ ਜਿਹੜਾ ਵਾ ਇਹ ਲੱਗਣਾ ਚਾਹੀਦਾ ਜ਼ਮੀਨ ਤੇ ਠੀਕ ਹੋ ਗਿਆ ਇਹ ਅੱਛਾ ਗੱਲ ਹੋ ਰਹੀ ਸੀ ਕਿ ਪੈਰ ਜਿਹੜੇ ਆ ਬਿਲਕੁਲ ਕਿਬਲੇ ਦੀ ਤਰਫ ਹੋਣੇ ਚਾਹੀਦੇ ਆ ਯਾਨੀ ਕਿ ਇਹਨਾਂ ਦੇ ਐਂਗਲ ਨੂੰ ਵਧਾਇਆ ਜਾਵੇ ਨਾ ਤੇ ਕਿਬਲੇ ਦੀ ਤਰਫ ਹੀ ਹੋਣੇ ਇਹ ਨਹੀਂ ਕਿ ਇਸ ਤਰ੍ਹਾਂ ਵੀ ਨਹੀਂ ਐਵੇਂ ਨਹੀਂ ਕਰਨੇ ਆਦੇ ਨਾ ਬਣਾ ਦਾ ਤਰੀਕਾ ਨਹੀਂ ਨਾ ਠੀਕ ਹੈਗਾ ਆ ਵੀ ਤਰੀਕਾ ਠੀਕ ਨਹੀਂ ਆ ਜਿਹੜਾ ਐ ਨੂੰ ਕਰਕੇ ਇਦਾਂ ਜੋੜਦੇ ਤਰੀਕਾ ਕਿਦਾਂ ਹੋਣਾ ਚਾਹੀਦਾ ਕਿ ਬਿਲਕੁਲ ਤੁਹਾਡੇ ਪੈਰ ਕਿਬਲੇ ਦੀ ਤਰਫ ਬਿਲਕੁਲ ਸਿੱਧੇ ਸੀਨਾ ਵੀ ਬਿਲਕੁਲ ਔਰ ਪੂਰਾ ਰੁਖ ਪੈਰਾਂ ਦਾ ਵੀ ਰੁਖ ਸਾਰਾ اچھا ਹੁਣ ਹੱਥ ਬੰਨ ਲੈ ਠੀਕ ਹੋ ਗਿਆ ਜੀ ਹੁਣ ਇੱਥੇ ਹੱਥ ਬੰਨਣ ਤੋਂ ਬਾਅਦ ਜਦੋਂ ਰੁਕੂ ਚ ਜਾਣਾ ਵਾ ਹੈ ਰਕੂਜ ਜੋ ਜਾਣਾ ਇਧਰ ਤਵਜੋ ਕੋ ਰਵੇਈ ਖਸ਼ਬੋ ਹੁਣ ਬਾਅਦ ਚ ਲਾ ਲਿਓ ਜਦੋਂ ਰਕੂਜ ਜਾਣਾ ਹੈ ਤੇ ਗੁੱਡਨਿਆਂ ਨੂੰ ਗੁੱਡਰਿਆਂ ਨੂੰ ਮਜ਼ਬੂਤੀ ਦੀ ਤਰ੍ਹਾਂ ਪਕੜਨਾ ਆ ਜਿਹੜੀ ਵੱਡੀ ਉਂਗਲੀ ਆ ਨਾ ਇਹ ਤੁਹਾਡੀ ਵੱਡੀ ਜਿਹੜੀ ਆ ਹੱਡੀ ਆ ਨਾ ਇਹਦੇ ਉੱਪਰ ਹੋਵੇ ਮਜ਼ਬੂਤੀ ਦੇ ਨਾਲ ਮਜ਼ਬੂਤੀ ਦੇ ਨਾਲ ਪਕੜਨਾ ਆ ਜਿਹੜੇ ਬਾਜ਼ੂ ਆ ਨਾ ਇਹਦੇ ਚ ਖੰਮ ਨਹੀਂ ਆਉਣਾ ਚਾਹੀਦਾ ਕਿ ਜਿਹੜੇ ਐ ਐ ਇਦਾਂ ਇਕੱਠੀਆਂ ਕਰ ਲੈਂਦੇ ਇਸ ਤਰ੍ਹਾਂ ਐ ਆ ਖੰਮ ਖੰਮ ਦੀ ਬਣ ਰਹੀ ਹੈ ਆ ਦੇ ਕਈ ਇਹਦਾ ਕਰ ਲੈਂਦੇ ਆ ਨਾ ਐਂ ਵੀ ਫੜ ਲੈਂਦੇ ਆ ਵੀ ਨਹੀਂ ਤਰੀਕਾ ਠੀਕ ਹੈਗਾ ਹੂੰ ਇਸ ਤਰ੍ਹਾਂ ਪਕੜਨਾ ਔਰ ਖੰਮ ਨਹੀਂ ਹੋਣੀ ਚਾਹੀਦੀ ਬਿਲਕੁਲ ਤੁਹਾਡੇ ਜਿਹੜੇ ਬਾਜ਼ੂ ਆ ਨਾ ਉਸ ਆ ਦੇਖੋ ਨਾ ਸਟ੍ਰੇਟ ਹੋਣੀ ਚਾਹੀਦੀ ਸਿੱਧੇ ਸਹੀ ਆ ਬਿਲਕੁਲ ਸਟ੍ਰੇਟ ਹੂੰ ਖੰਬ ਨਹੀਂ ਹੋਣਾ ਚਾਹੀਦਾ ਔਰ ਨਜ਼ਰ ਜਿਹੜੀ ਆ ਰਕੂ ਦੇ ਟਾਈਮ ਦੋਨਾਂ ਪੈਰਾਂ ਦੇ ਦਰਮਿਆਨ ਅਜ ਤੇ ਆ ਆ ਮਾਈਕ ਦੀ ਆ ਪਈ ਆ ਠੀਕ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਸਮੀ ਅੱਲਾਹੁ ਲਿਮਨ ਹਮਿਦਾ ਰਬਾਨਾ ਲਕਲ ਹਮਦ ਕਮਰ ਬਿਲਕੁਲ ਸਿੱਧੀ ਰੱਖਣੀ ਆ ਇਹਨੂੰ ਕਹਿੰਦੇ ਆ ਕੋਮਾ ਕੀ ਕਹਿੰਦੇ ਆ ਕੋਮਾ ਯਾਨੀ ਰਕੂ ਤੋਂ ਖੜਾ ਹੋਣਾ ਸਜਦੇ ਤੋਂ ਪਹਿਲੇ ਜਿਹੜਾ ਇਹ ਦਰਮਿਆਨ ਵਾਲਾ ਵਕਫਾ ਆ ਨਾ ਇਹਨੂੰ ਕਹਿੰਦੇ ਆ ਕੋਮਾ ਕੀ ਕਹਿੰਦੇ ਆ ਕੋਮਾ ਕੋਮੇ ਦੇ ਵਿੱਚ ਬਿਲਕੁਲ ਕਮਰ ਜਿਹੜੀ ਆ ਨਾ ਸਿੱਧੀ ਕਰਨੀ ਆ ਸਿੱਧੀ ਕਰਕੇ ਫਿਰ ਉਸ ਬਾਅਦ ਸਜਦੇ ਚ ਜਾਣਾ ਸਜਦੇ ਚ ਜਾਣ ਦਾ ਤਰੀਕਾ ਕੀ ਆ ਇਦਾਂ ਨਹੀਂ ਝੁਕਣਾ ਕਈ ਜਿਹੜੇ ਨਾ ਇਦਾਂ ਝੁਕ ਜਾਂਦੇ ਪਹਿਲੇ ਹੀ ਹੈ ਮਤਲਬ ਕਿ ਸਜਦੇ ਚ ਆ ਦੇਖੋ ਸਜਦੇ ਦੇ ਵਿੱਚ ਐਸੇ ਜਰਾਈ ਮਤਲਬ ਕਿ ਆਪਣਾ ਸੀਨਾ ਜਿਹੜਾ ਹੈਗਾ ਵਾ ਇਸੇ ਤਰ੍ਹਾਂ نیچے ਜਾਣਾ ਸਭ ਤੋਂ ਪਹਿਲੇ ਕੀ ਲਾਉਣੇ ਆ ਗੋਡੇ ਸਭ ਤੋਂ ਪਹਿਲੇ ਗੋਡੇ ਲਾਤੇ ਹੈ ਗੋਡੇ ਵੀ ਲੱਗੇ ਫਿਰ ਉਸ ਤੋਂ ਬਾਅਦ ਹੱਥ ਦੋਨਾਂ ਹੱਥਾਂ ਦੇ ਦਰਮਿਆਨ ਦੇ ਵਿੱਚ ਪਹਿਲੇ ਨੱਕ ਤੇ ਫਿਰ ਫਿਰ ਮੱਥਾ ਯਾਨੀ ਕਿ ਦੋਨਾਂ ਹੱਥਾਂ ਦੇ ਦਰਮਿਆਨ ਦੇ ਵਿੱਚ ਆਪਣਾ ਪੂਰਾ ਰੱਖਣਾ ਹੱਥ ਇੱਥੇ ਵੀ ਨਹੀਂ ਕਰਨੇ ਹੈਗੇ ਆ ਦੇਖੋ ਨਾ ਹੱਥ ਪਿੱਛੇ ਨਹੀਂ ਲੈ ਜਾਣੇ ਔਰ ਇਦਾਂ ਆ ਦੇਖੋ ਨਾ ਜ਼ਮੀਨ ਤੇ ਵੀ ਨਹੀਂ ਕੋਣੀਆਂ ਲਾਉਣੀਆਂ ਚਾਹੀਦੀਆਂ ਹੱਥ ਜਿਹੜੇ ਇਦਾਂ ਵੀ ਨਹੀਂ ਕਰਨੇ ਹੈਗੇ ਹੱਥਾਂ ਦਾ ਠੀਕ ਹੈ ਨਾ ਹੱਥ ਇਦਾਂ ਵੀ ਨਹੀਂ ਕਰਨੇ ਕਈ ਜਿਹੜੇ ਆ ਉਹ ਇਦਾਂ ਇਦਾਂ ਕਰ ਲੈਂਦੇ ਆ ਜਾਂ ਐਂ ਕਰ ਲੈਂਦੇ ਆ ਐਦਾਂ ਵੀ ਕਰਦੇ ਯਾਰ ਆ ਵੀ ਤਰੀਕਾ ਠੀਕ ਨਹੀਂ ਆ ਵੀ ਸਹੀ ਨਹੀਂ ਹੈਗਾ ਬਿਲਕੁਲ ਉਂਗਲੀਆਂ ਮਿਲੀਆਂ ਹੋਣੀਆਂ ਚਾਹੀਦੀਆਂ ਇਸ ਟਾਈਮ ਵੀ ਇਹਦਾ ਰੁਖ ਕਿਬਲੇ ਦੀ ਤਰਫ ਹੋਵੇ ਠੀਕ ਹੋ ਗਿਆ ਜੀ ਆ ਦੇਖੋ ਸਮਝ ਗਏ ਹੈ ਅੱਛਾ ਜੀ ਉਸ ਤੋਂ ਬਾਅਦ ਹੁਣ ਦੇਖ ਦੋ ਪੈਰਾਂ ਦਾ ਰੁਖ ਪੈਰਾਂ ਦਾ ਰੁਖ ਕੀ ਆ ਕਿ ਜਦੋਂ ਫਰਜ਼ ਕਰੋ ਹੁਣ ਆਪਾਂ ਸਜਦਾ ਕਰਨਾ ਤੇ ਪੈਰਾਂ ਦਾ ਰੁਖ ਜਿਹੜਾ ਵਾ ਉਹ ਦੱਸਦੇ ਆ ਕਿ ਬਿਲਕੁਲ ਆ ਮੁੜੇ ਹੋਣੇ ਚਾਹੀਦੇ ਕਿਬਲੇ ਦੀ ਤਰਫ ਤੇ ਬਰਾਬਰ ਆ ਜਿਹੜੀ ਆ ਮਤਲਬ ਜਿਹੜੀ ਸ਼ੇਪ ਆ ਨਾ ਇਹ ਠੀਕ ਹੈਗੀ ਆ ਕਈ ਐਂ ਜੋੜ ਲੈਂਦੇ ਆ ਕਈ ਇਦਾਂ ਕਰ ਲੈਂਦੇ ਆ ਇਹ ਤਰੀਕਾ ਠੀਕ ਨਹੀਂ ਹੈਗਾ ਐਂ ਜੋੜ ਲੈ ਜਾਂ ਤਾਂ ਚੱਕ ਲੈ ਇਦਾਂ ਨਹੀਂ ਕਰਨੇ ਆ ਦੇਖ ਨਾ ਲੈ ਹੈ ਆ ਤਣੀ ਤਰੀਕਾ ਠੀਕ ਯਾਨੀ ਬਿਲਕੁਲ ਰੁਖ ਕਿਬਲੇ ਦੀ ਤਰਫ ਹੋਵੇ ਹੈ ਤੇ ਪਿੱਛੋਂ ਸਿੱਧੇ ਹੋਣ ਐਵਰੀ ਮੋੜ ਨੇ ਐਵਰੀ ਕਰਨੇ ਹੈਗੇ ਇਦਾਂ ਐਵਰੀ ਕਰਨੇ ਹੈਗੇ ਕਈ ਐਂ ਹੀ ਕਰ ਲੈਂਦੇ ਆ ਇਦਾਂ ਇਹ ਨਮਾਜ਼ ਨਹੀਂ ਪੜਦੇ ਹੈਗੇ ਫੇਰ ਤਾਂ ਖੇਲਾ ਹੋ ਗਈਆਂ ਕਦੀ ਐਂ ਕਰ ਲਿਆ ਐਂ ਕਰ ਲਿਆ ਇਦਾਂ ਕਰ ਲਿਆ ਹੈ ਬਾਹਰ ਨੂੰ ਵੀ ਨਹੀਂ ਕੜਨੇ ਆਹ ਜਿਹੜਾ ਤਰੀਕਾ ਹੈ ਨਾ ਸਭ ਤੋਂ ਬੈਸਟ ਤਰੀਕਾ ਕੀ ਆ ਕਿਬਲੇ ਦੀ ਤਰਫ ਪੈਰਾਂ ਦਾ ਰੁਖ ਤੇ ਬਿਲਕੁਲ ਬਰਾਬਰ ਫਾਸਲੇ ਤੇ ਸਿੱਧੇ ਹੋਣ ਤੇ ਜਦੋਂ ਬੈਠਣਾ ਵਾ ਆਇੜਾ ਪੈਰ ਨਾ ਇਹਨੂੰ ਇਦਾਂ ਲੈ ਜਾਣਾ ਬਿਚਾ ਲੈਣਾ ਵਾ ਤੇ ਇਸ ਤਰ੍ਹਾਂ ਕਰਕੇ ਤਸ਼ੱਦ ਦੀ ਹਾਲਤ ਦੇ ਵਿੱਚ ਬੈਠ ਜਾਣਾ ਕਿਉਂ ਵੀ ਸਮਝ ਆ ਗਈ ਆ ਦੂਸਰਾ ਜਿਹੜਾ ਵਾ ਪੈਰ ਇਹਨੂੰ ਇਸ ਤਰ੍ਹਾਂ ਖੜਾ ਹੀ ਰੱਖਣਾ ਵਾ ਕਿਬਲੇ ਦੀ ਤਰਫ ਹੀ ਹੋਵੇ ਦਾਇਆ ਪੈਰ ਤਾਂ ਬਿਲਕੁਲ ਪੂਰੀ ਨਮਾਜ਼ ਦੇ ਵਿੱਚ ਨਹੀਂ ਉਠਾਣਾ ਠੀਕ ਹੋ ਗਿਆ ਅੱਛਾ ਇਸ ਤੋਂ ਬਾਅਦ ਜਦੋਂ ਅੱਤਹਜਾਜ਼ ਬੈਠ ਗਏ ਤੇ ਆ ਜਿਹੜੇ ਹੱਥ ਵਾ ਆਪਣੀ ਹੁਣ ਨਾਰਮਲ ਹਾਲਤ ਦੇ ਵਿੱਚ ਰੱਖਣੇ ਆ ਯਾਨੀ ਕਿ ਨਾ ਜੋੜਨੀ ਆ ਨਾ ਬੋਧੇ ਖੋਲਣੀ ਆ ਨਾਰਮਲ ਹਾਲਤ ਦੇ ਵਿੱਚ ਜਦੋਂ ਜ਼ਫਰਦ ਕਰੋ ਤੁਸੀਂ ਬੈਠੇ ਆ ਨਾ ਜਿੱਦਾਂ ਤੁਹਾਡੇ ਨਾਰਮਲ ਪੋਜੀਸ਼ਨ ਹੱਥ ਦੀ ਇਦਾਂ ਹੱਥ ਬੋਧੇ ਅੱਗੇ ਵੀ ਨਹੀਂ ਜਾਣੇ ਚਾਹੀਦੇ ਗਏ ਗੋਡਿਆਂ ਨੂੰ ਫੜਿਆ ਹੋਵੇ ਤੇ ਗੋਡਿਆਂ ਤੋਂ ਪਿੱਛੇ ਵੀ ਨਹੀਂ ਰੱਖਣੇ ਠੀਕ ਹੋ ਗਿਆ ਹੈ ਜੀ ਬਿਲਕੁਲ ਗੁੱਟਰੇ ਜਿੱਥੇ ਖਤਮ ਹੁੰਦੇ ਆ ਨਾ ਇਹਦੇ ਬਰਾਬਰ ਤੱਕ ਆਉਣ ਇਧਰ ਫਿਰ ਉਸ ਤੋਂ ਬਾਅਦ ਇਸ ਟਾਈਮ ਜਦੋਂ ਨਿਗਾਹ ਰੱਖਣੀ ਆ ਉਹੋ ਤੁਹਾਡੀ ਝੂਲੀ ਦੇ ਵਿੱਚ ਹੋਵੇ ਜਦੋਂ ਸਜਦੇ ਜਾਣਾ ਉਦੋਂ ਨਿਗਾਹ ਜਿਹੜੀ ਆ ਉਹ ਕਿੱਥੇ ਰੱਖਣੀ ਆ ਨੱਕ ਦੇ ਉੱਪਰ ਠੀਕ ਆ ਜੀ ਜਦੋਂ ਸਲਾਮ ਫੇਰਨਾ ਵਾ ਕਹਿਣਾ ਜੀ ਅਸਲਾਮੁਅਲੈਕੁਮ ਵ ਰਹਿਮਤੁਲਲਾ ਦائیں ਕੰਦੇ ਤੇ ਨੀਅਤ ਇਹ ਕਹਨੀ ਕਿ ਮੇਰੇ ਇਧਰਲੇ ਪਾਸੇ ਜਿੰਨੇ ਆ ਉਹ ਸਾਰਿਆਂ ਤੇ ਸਲਾਮ ਹੋਵੇ ਠੀਕ ਆ ਜੀ ਫਿਰ ਉਸ ਤੋਂ ਬਾਅਦ ਬائیں ਕੰਦੇ ਤੇ ਜਦੋਂ ਫਿਰ ਅਸਲਾਮੁਅਲੈਕੁਮ ਵ ਰਹਿਮਤੁਲਲਾ ਜਿਹੜੇ ਮੇਰੇ ਇਧਰਲੇ ਪਾਸੇ ਆ ਉਹਨਾਂ ਤੇ ਵੀ ਸਾਰਿਆਂ ਤੇ ਸਲਾਮ ਹੋਵੇ ਲੋ ਜੀ ਨਮਾਜ਼ ਮੁਕੰਮਲ ਹੋ ਗਈ ਜਾਂ ਫਿਰ ਇਹ ਨਹੀਂ ਹੈਗਾ ਕਿ ਜਨਾਬ ਉਹ ਇਦਲੀ ਸਾਈਡ ਵਾਲਾ ਬਾਬਾ ਜਿਹੜਾ ਐ ਕਰਕੇ ਸਲਾਮ ਕਰਨ ਦੇ ਆ ਤੁਸੀਂ ਪਿੱਛੇ ਖੜੇ ਆ ਤੁਸੀਂ ਹੋਰ ਐ ਕਰ ਲਿਆ ਖਿਜਰ ਦੀ ਵਾਰੀ ਆਈ ਉਹ ਹੋਰ ਐ ਕਰਕੇ ਹੋ ਗਿਆ ਵੀ ਅੱਗੇ ਪਤਾ ਨਹੀਂ ਕੀ ਆ ਗਿਆ ਹੈ ਐਦਾ ਨਹੀਂ ਕਰਨਾ ਹੈਗਾ ਸਮਝ ਗਏ ਯਾਨੀ ਕਿ ਬਸ ਉਹ ਤਾਂ ਜਦੋਂ ਸਾਨੂੰ ਆਪ ਨਹੀਂ ਸੀ ਪਤਾ ਹੈਗਾ ਅਸੀਂ ਕਿਹਾ ਵੀ ਆ ਬਾਬਾ ਪਤਾ ਨਹੀਂ ਗਾਂ ਅੱਗੇ ਕਰਕੇ ਕੀ ਦੇਖਦਾ ਅਗਲੇ ਦੇ ਜਿਹੜਾ ਉਹ ਹੋਰ ਤੋਂ ਅੱਗੇ ਹੋ ਗਿਆ ਅਗਲਾ ਜਿਹੜਾ ਉਹ ਹੋਰ ਉਹਦੇ ਤੋਂ ਅੱਗੇ ਹੋ ਗਿਆ ਹੀ ਨਿਤਰੀ ਕਾਠੀ ਬਸ ਇੱਥੇ ਬੈਠੇ ਆ ਨਾ ਹਾਂ ਇਧਰ ਅਸਲਾਮੁਅਲੈਕੁਮ ਵ ਰਹਿਮਤੁਲਾ ਫਿਰ ਉਸ ਬਾਦ ਅਸਲਾਮੁਅਲੈਕੁਮ ਵ ਰਹਿਮਤ ਇਹ ਦੋ ਦائیں ਕੰਦੇ ਦੇ ਇਧਰਲੇ ਸਾਰਿਆਂ ਦੀ ਨੀਅਤ ਸਲਾਮ ਦੀ ਇਧਰਲੇ ਪਾਸੇ ਵਾਲੇ ਸਾਰਿਆਂ ਦੀ ਨੀਅਤ ਹੈ ਠੀਕ ਹੋ ਗਿਆ ਜੀ ਸਮਝ ਆ ਗਈ ਇਹ ਹੈਗਾ ਵਾ ਜ਼ਾਹਰੀ ਢਾਂਚਾ ਕਿ ਅੱਛਾ ਦੋ ਸਜਦਿਆਂ ਦੇ ਦਰਮਿਆਨ ਵੀ ਰੁਕਣਾ ਚਾਹੀਦਾ ਦੇਖੋ ਨਾ ਇੱਕ ਸਜਦਾ ਕੀਤਾ ਮੁੜ ਕੇ ਫਿਰ ਐ ਕਰਕੇ ਫੇਰ ਹੈ ਵੀ ਕਿਤੇ ਕਿਤੇ ਜਾਣਾ ਵਾ ਸਜਦਾ ਵੀ ਜਿਹੜਾ ਇੱਕ ਸਵਾਰ ਕੇ ਕੀਤਾ ਨਹੀਂ ਹੈਗਾ ਦੇਖੋ ਨਾ ਇੱਕ ਕੀਤਾ ਫਿਰ ਉਸ ਤੋਂ ਬਾਅਦ ਬੈਠ ਜਾਓ ਤਸੱਲੀ ਨਾ ਇਹ ਕਹਿੰਦੇ ਦੋ ਸਜਦਾ ਦੇ ਦਰਮਿਆਨ ਜਿਹੜਾ ਵਕਫਾ ਨਾ ਇਹਨੂੰ ਕਹਿੰਦੇ ਆ ਜਲਸਾ ਰਕੂਤੋ ਜਿਹੜਾ ਖੜਾ ਹੁੰਦਾ ਉਹਨੂੰ ਕੀ ਕਿਹਾ ਸੀ ਕੌਮ ਇਹ ਕੀ ਆ ਜਲਸਾ ਜਲਸਾ ਮਤਲਬ ਇਹ ਆ ਬਦਲੀ ਇਹਦੀ ਨਾ ਇਹਦੀ ਦੁਆ ਵੀ ਹੈਗੀ ਅੱਲਹੁਮ ਮਗਫਿਰਲੀ ਅੱਲਹੁਮ ਮਗਫਿਰਲੀ ਅੱਲਹੁਮ ਮਗਫਿਰਲੀ ਤਿੰਨ ਦਫਾ ਪੜ ਸਕਦੇ ਹੋ ਫਿਰ ਉਸ ਤੋਂ ਬਾਅਦ ਫਿਰ ਸਜਦਾ ਕਰ ਲਓ ਠੀਕ ਹੋ ਗਿਆ ਯਾਨੀ ਦੋ ਸਜਦਿਆਂ ਦੇ ਦਰਮਿਆਨ ਵੀ ਵਕਫਾ ਹੋਣਾ ਚਾਹੀਦਾ ਇਹ ਹੈਗਾ ਵਾ ਬਜ਼ਾਹਿਰ ਨਮਾਜ਼ ਦਾ ਟਾਂਚਾ ਇਸ ਤਰੀਕੇ ਦੇ ਨਾਲ ਨਮਾਜ਼ ਪੜਾਂਗੇ ਬਾਕੀ ਅੰਦਰ ਵਾਲੇ ਵੀ ਬਹੁਤ ਸਾਰੇ ਮਸਾਇਲ ਹੈਗੇ ਬਹੁਤ ਸਾਰੇ ਚੀਜ਼ਾਂ ਮੈਂ ਸਿੱਖਣ ਵਾਲੀਆਂ ਉਹ ਨਾਲ ਨਾਲ ਫਿਰ ਡਿਸਕਸ ਹੁੰਦੀ ਰਹੋਗੀ ਲੇਕਿਨ ਬਜ਼ਾਹਿਰ ਮਤਲਬ ਕਿ ਸੋਹਣੀ ਬੜੀ ਕਰਕੇ ਮਤਲਬ ਆਪਣੇ ਆਪ ਨੂੰ ਜਦੋਂ ਦੇਖੋ ਨਾ ਹੁਣ ਮੇਕਅਪ ਕਰਕੇ ਹੈ ਆਪ ਬੰਦਾ ਵਾ ਜਾਂ ਮਤਲਬ ਘਰ ਦੇ ਉਹਨਾਂ ਨੇ ਜਦੋਂ ਵੀ ਕਿਤੇ ਜਾਣਾ ਨਾ ਉਹ ਬੁੜੇ ਸੋਹਣੇ ਬੂ ਸੋਹਣੇ ਸਾਫ ਸੁਥਰੇ ਬੂਟ ਸੂਟ ਪਾ ਕੇ ਹੈ ਤੇ ਜਨਾਬ ਹੈ ਟਿਸ਼ੂ ਟਿਸ਼ੂ ਪੈਕ ਆਪ ਕਰਕੇ ਤੇ ਸਾਰ ਹੈ ਨਾਲੇ ਨੀਲੇ ਪੀਲੇ ਚਿੱਟੇ ਹੋ ਗਏ ਤੇ ਫੇਰ ਹੀ ਜਾਂਦੇ ਆ ਤੇ ਨਮਾਜ਼ ਬਣ ਆਏ ਜੀ ਜਨਾਬ ਫਿਰ ਹੀ ਕਿ ਨਮਾਜ਼ ਬਣ ਵਾਸਤੇ ਸਾਫ ਸੁਥਰੇ ਕੱਪੜੇ ਹੋਣੇ ਚਾਹੀਦੇ ਆ ਇਹ ਨਹੀਂ ਹੈਗਾ ਟਰੋਜ਼ਰ ਕਿਸੇ ਰੰਗ ਦਾ ਪਾਇਆ ਹੋਇਆ ਸ਼ਰਟ ਕਿਸੇ ਰੰਗ ਦੀ ਪਾਈ ਬਾਜ਼ ਕੀ ਕਰਦੇ ਆ ਜੀ ਉੱਤੇ ਸ਼ਰਟ ਪਾਈ ਹੋਈ ਥੱਲੇ ਸ਼ਲਵਾਰ ਪਾਈ ਹੋਈ ਹੈ ਹੈ ਜਾਂ ਨੀ ਇਦਾ ਨਹੀਂ ਕਰਨਾ ਹੈ ਮਤਲਬ ਕਿ ਦੇਖੋ ਜਿੱਥੇ ਅਸੀਂ فرض ਕਰੋ ਬਾਣਡੇ ਨਹੀਂ ਜਾ ਸਕਦੇ ਇਹ ਚੀਜ਼ਾਂ ਪਾ ਕੇ ਤੇ ਅੱਲਾ ਦੇ ਘਰ ਦੇ ਵਿੱਚ ਸਾਫ਼ ਸੁਥਰੇ ਸੋਹਣੇ ਬੜੇ ਕੱਪੜੇ ਪਾ ਕੇ ਆ ਕੇ ਬੰਦਾ ਫਿਰ ਦਮਾਦ ਪੜੇ ਖਸ਼ਬੂ ਆ ਕੇ ਆਵੇ ਖਸ਼ਬੂ ਅੱਲਾ ਦੇ ਨਬੀ ਦੀ ਸੁਨਨਤ ਆ ਠੀਕ ਹੋ ਗਿਆ ਬਾਜ਼ਾਹਰ ਜਿਹੜਾ ਟਾਂਚਾ ਹੈ ਇਹਦੀ ਬਾਰ-ਬਾਰ ਪ੍ਰੈਕਟਿਸ ਕਰੋ ਨਫਲ ਪੜੋ ਜਿੱਦਾਂ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਨਾ 2-4 ਦਿਨ 5 ਦਿਨ 10 ਦਿਨ ਹਫ਼ਤਾ ਯਕਦਮ ਨਹੀਂ ਹੋਣਾ ਥੋੜਾ-ਥੋੜਾ ਕਰਕੇ ਨਾ ਆਹਸਾਹ ਸਜਦੇ ਦੀ ਪ੍ਰੈਕਟਿਸ ਕਰੋਗੇ ਇਨਸ਼ਾਅੱਲਾ 2-4 5-7 ਦਿਨਾਂ ਦੇ ਵਿੱਚ ਬਜ਼ਾਹਰ ਇਹਦਾ ਜਿਹੜਾ ਨਮਾਜ਼ ਦਾ ਢਾਂਚਾ ਨਾ ਇਨਸ਼ਾਅੱਲਾ ਉਹ ਕਾਫੀ ਉਹਦੇ ਚ ਬਿਹਤਰੀ ਆ ਜਾਊਗੀ ਕਰੋਗੇ ਵੀ ਕੋਸ਼ਿਸ਼ ਇਹਦੀ ਇਨਸ਼ਾਅੱਲਾ ਅੱਲਾਹ ਵਾ ਕਮਲ ਦੀ ਤੋਫੀਕ ਦੀ ਸੀ